ਖੁਸ਼ਾਮਦੀਦ ਦੋਸਤੋ ਵੀਪੀਓ ਵੈਬ ਆਈ ਮੀਡੀਆ ਦੀ ਟੀਮ ਤੁਹਾਡੇ ਲਈ ਰੇਡੀਓ ਪੰਜਾਬ ਰੌਕਸ ਦੇ ਉੱਪਰ ਆਵਾਜ਼ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਨੂੰ ਲੈ ਕੇ ਆਈ ਹੈ ਹਰਸ਼ਦੀਪ ਬਾਜਵਾ ਜੀ ਸੁਣਦੇ ਹਾਂ ਉਹਨਾਂ ਦੀ ਖੂਬਸੂਰਤ ਆਵਾਜ਼ ਦੇ ਵਿੱਚ ਕਹੀਆਂ ਹੋਈਆਂ ਕੁਛ ਖੂਬਸੂਰਤ ਲਾਈਨਸ ਅਤੇ ਕੁਛ ਖੂਬਸੂਰਤ ਗਾਣੇ ਦੋਸਤੋ ਡਾਕਟਰ ਲੇਖ ਰਾਜ ਦੀ ਕਲਮ ਤੋਂ ਲਿਖੇ ਕੁਝ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਅੱਜ ਦੇ ਕੁੱਤੇ ਅੱਜ ਦੇ ਕੁੱਤੇ ਕਾਹਦੇ ਕੁੱਤੇ ਚੜ ਬੰਦੇ ਦੀ ਗੋਦੀ ਸੁੱਤੇ ਨਾ ਗਲੀਆਂ ਵਿੱਚ ਰੌਲਾ ਪਾਉਂਦੇ ਨਾ ਉਪਰੇ ਦੀ ਰੇਲ ਬਣਾਉਂਦੇ ਨਾ ਰਾਤਾਂ ਨੂੰ ਪਹਿਰਾ ਲਾਵਣ ਨਾ ਦਰਵੇਸ਼ੀ ਫੇਰਾ ਪਾਵਣ ਇਹ ਕੁੱਤੇ ਜੋ ਕਾਰੀ ਚੜ੍ਹਦੇ ਕੁੱਕੜ ਮੂਹਰੇ ਵੀ ਨਾ ਖੜਦੇ ਬਿੱਲੀ ਦੀ ਵੀ ਘੂਰ ਤੋਂ ਡਰਦੇ ਅੰਦਰ ਬੈਠ ਕੇ ਯੋਗਾ ਕਰਦੇ ਕੁੱਤੇ ਪੁਣਾ ਜੋ ਛੱਡ ਬੈਠੇ ਨੇ ਕੁੱਤਿਆਂ ਦਾ ਨੱਕ ਵੱਢ ਬੈਠੇ ਨੇ ਅੱਜ ਦੇ ਕੁੱਤੇ ਕਾਹਦੇ ਕੁੱਤੇ ਚੜ ਬੰਦੇ ਦੀ ਗੋਦੀ ਸੁੱਤੇ ਚੜ ਬੰਦੇ ਦੀ ਗੋਦੀ ਸੁੱਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਉਮੀਦ ਹੈ ਕਹਾਣੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਪ੍ਰਾਈਮਰੀ ਸਕੂਲ ਦੀ ਟੀਚਰ ਸੀ ਸੁਬਹਾ ਸਵੇਰੇ ਉਹਨਾਂ ਨੇ ਬੱਚਿਆਂ ਤੋਂ ਟੈਸਟ ਲਿਆ ਅਤੇ ਉਹ ਟੈਸਟ ਕਾਪੀਆਂ ਚੈੱਕ ਕਰਨ ਲਈ ਆਪਣੇ ਨਾਲ ਆਪਣੇ ਘਰ ਲੈ ਗਏ ਸ਼ਾਮੀ ਜਦੋਂ ਕਾਪੀਆਂ ਚੈੱਕ ਕਰਨ ਬੈਠੀ ਤਾਂ ਇੱਕ ਕਾਪੀ ਦੇਖਦੇ ਦੇਖਦੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਉਹਨਾਂ ਦੇ ਪਤੀ ਜੋ ਨਾਲ ਹੀ ਬੈਠੇ ਹੋਏ ਮੋਬਾਈਲ ਦੇਖ ਰਹੇ ਸੀ ਉਹਨਾਂ ਨੇ ਪਤੀ ਨੂੰ ਰੋਣ ਦਾ ਕਾਰਨ ਪੁੱਛਿਆ ਟੀਚਰ ਬੋਲੀ ਸਵੇਰੇ ਮੈਂ ਮੇਰੀ ਸਭ ਤੋਂ ਵੱਡੀ ਖੁਆਹਿਸ਼ ਵਿਸ਼ੇ 'ਤੇ ਬੱਚਿਆਂ ਨੂੰ ਕੁਝ ਲਾਈਨਾਂ ਲਿਖਣ ਲਈ ਕਿਹਾ ਸੀ ਅਤੇ ਇੱਕ ਬੱਚੇ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਪਰਮਾਤਮਾ ਉਹਨੂੰ ਮੋਬਾਈਲ ਬਣਾ ਦੇਵੇ ਇਹ ਸੁਣ ਕੇ ਉਸ ਦੇ ਪਤੀ ਹੱਸਣ ਲੱਗੇ ਟੀਚਰ ਬੋਲੀ ਅੱਗੇ ਤਾਂ ਸੁਣੋ ਬੱਚਾ ਲਿਖਦਾ ਹੈ ਕਿ ਜਦੋਂ ਮੈਂ ਮੋਬਾਈਲ ਬਣ ਜਾਵਾਂਗਾ ਤਾਂ ਮੇਰੇ ਘਰ ਵਿੱਚ ਮੇਰੀ ਇੱਕ ਖਾਸ ਜਗ੍ਹਾ ਹੋਏਗੀ ਔਰ ਮੇਰਾ ਸਾਰਾ ਪਰਿਵਾਰ ਮੇਰੇ ਆਸ ਪਾਸ ਰਹੇਗਾ ਜਦ ਮੈਂ ਬੋਲਾਂਗਾ ਤਾਂ ਮੇਰੇ ਪਰਿਵਾਰ ਦੇ ਮੈਂਬਰ ਮੈਨੂੰ ਬੜੇ ਧਿਆਨ ਨਾਲ ਸੁਣਨਗੇ ਅਤੇ ਮੈਨੂੰ ਕੋਈ ਰੋਕੇਗਾ ਟੋਕੇਗਾ ਨਹੀਂ ਅਤੇ ਨਾ ਹੀ ਕੋਈ ਉਲਟੇ ਸਵਾਲ ਕਰੇਗਾ ਜਦੋਂ ਮੈਂ ਮੋਬਾਈਲ ਬਣ ਜਾਵਾਂਗਾ ਅਤੇ ਪਾਪਾ ਜਦੋਂ ਥੱਕੇ ਹਾਰੇ ਆਫਿਸ ਤੋਂ ਘਰ ਵਾਪਸ ਆਉਣਗੇ ਉਸਦੇ ਬਾਵਜੂਦ ਵੀ ਮੇਰੇ ਨਾਲ ਬੈਠੇ ਹੋਣਗੇ ਮੰਮੀ ਜੋ ਤਣਾਅ 'ਚ ਹੋਣ ਦੇ ਬਾਵਜੂਦ ਵੀ ਮੈਨੂੰ ਡਾਂਟੇਗੀ ਨਹੀਂ ਬਲਕਿ ਮੇਰੇ ਨਾਲ ਰਹਿਣਾ ਪਸੰਦ ਕਰੇਗੀ ਮੇਰੇ ਵੱਡੇ ਭੈਣ ਭਰਾ ਆਪਸ ਵਿੱਚ ਮੇਰੇ ਲਈ ਲੜਨਗੇ ਇੱਥੋਂ ਤੱਕ ਕਿ ਮੋਬਾਈਲ ਬੰਦ ਹੋਣ ਤੋਂ ਬਾਅਦ ਵੀ ਸਾਰੇ ਦੇ ਸਾਰੇ ਉਹਦੀ ਅੱਛੀ ਤਰ੍ਹਾਂ ਦੇਖਭਾਲ ਕਰਨਗੇ ਪਰ ਹਾਂ ਜਦੋਂ ਮੈਂ ਮੋਬਾਈਲ ਹੋਵਾਂਗਾ ਤਾਂ ਮੈਂ ਆਪਣੇ ਸਾਰੇ ਪਰਿਵਾਰ ਨੂੰ ਖੁਸ਼ੀ ਵੀ ਦੇ ਪਾਵਾਂਗਾ ਇਹ ਸਭ ਸੁਣਨ ਤੋਂ ਬਾਅਦ ਪਤੀ ਥੋੜ੍ਹਾ ਗੰਭੀਰ ਹੁੰਦੇ ਹੋਏ ਬੋਲੇ ਹੇ ਪਰਮਾਤਮਾ ਵਿਚਾਰਾ ਬੱਚਾ ਸ਼ਾਇਦ ਉਹਦੇ ਮਾਂ ਬਾਪ ਉਹਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਟੀਚਰ ਪਤਨੀ ਅੱਖਾਂ ਵਿੱਚ ਹੰਝੂ ਭਰੇ ਉਹਦੇ ਵੱਲ ਦੇਖਦੇ ਹੋਏ ਬੋਲੀ ਪਤਾ ਹੈ ਇਹ ਬੱਚਾ ਕੌਣ ਹੈ ਇਹ ਆਪਣਾ ਛੋਟੂ ਹੈ ਇਹ ਸੁਣ ਕੇ ਪਤੀ ਇੱਕਦਮ ਨਿਰੁੱਤਰ ਹੋ ਗਿਆ ਦੋਸਤੋ ਸਾਡੇ ਪਰਿਵਾਰ ਵਿੱਚ ਸਾਡੇ ਸਭ ਨੂੰ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਕੰਮਾਂ ਦੀ ਭੱਜ ਦੌੜ ਵਿੱਚ ਇੰਨੇ ਬਿਜ਼ੀ ਹਾਂ ਕਿ ਸਾਡੇ ਕੋਲ ਟਾਈਮ ਨਹੀਂ ਆਪਣੇ ਪਰਿਵਾਰ ਨੂੰ ਦੇਣ ਲਈ ਅਤੇ ਜੋ ਥੋੜ੍ਹਾ ਬਹੁਤ ਟਾਈਮ ਮਿਲਦਾ ਹੈ ਅਸੀਂ ਉਹ ਟੀ ਵੀ ਦੇਖਦੇ ਹੋਏ ਜਾਂ ਮੋਬਾਈਲ 'ਤੇ ਖੇਡਦੇ ਹੋਏ ਜਾਂ ਲੋਕਲ ਮੀਡੀਆ 'ਤੇ ਗੱਪਸ਼ੱਪ ਕਰਦੇ ਹੋਏ ਗਵਾ ਦਿੰਦੇ ਹਾਂ ਜਿਹਦੇ ਨਾਲ ਅਸੀਂ ਆਪਣੇ ਅਨਮੋਲ ਰਿਸ਼ਤਿਆਂ ਨੂੰ ਆਪਣੇ ਤੋਂ ਦੂਰ ਕਰਦੇ ਹਾਂ ਔਰ ਸ਼ਾਇਦ ਇਸ ਤਰ੍ਹਾਂ ਅਸੀਂ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਵੀ ਨਹੀਂ ਸਕਾਂਗੇ ਤਾਂ ਉਮੀਦ ਕਰਦੀ ਹਾਂ ਕਿ ਇਸ ਕਹਾਣੀ ਨੂੰ ਸਮਝਦੇ ਹੋਏ ਥੋੜ੍ਹਾ ਟਾਈਮ ਕੱਢ ਕੇ ਅਸੀਂ ਆਪਣੇ ਪਰਿਵਾਰ ਨੂੰ ਟਾਈਮ ਦੇਈਏ ਤਾਂ ਅੱਛਾ ਹੈ ਤੁਹਾਡਾ ਮੇਰੇ ਕੰਧੇ 'ਤੇ ਬੈਠਾ ਮੇਰਾ ਬੇਟਾ ਜਦ ਮੇਰੇ ਕੰਧੇ 'ਤੇ ਖੜ੍ਹਾ ਹੋ ਗਿਆ ਮੁਝਸੇ ਕਹਿਣੇ ਲਗਾ ਦੇਖੋ ਪਾਪਾ ਮੈਂ ਆਪਸੇ ਬੜਾ ਹੋ ਗਿਆ ਮੈਨੇ ਕਿਹਾ ਬੇਟਾ ਇਸ ਖੂਬਸੂਰਤ ਗਲਤ ਫੈਮਲੀ ਮੈਂ ਭਲੇ ਹੀ ਜਕੜੇ ਰਹਿਣਾ ਮਗਰ ਮੇਰਾ ਹੱਥ ਪਕੜੇ ਰਹਿਣਾ ਜਿਸ ਦਿਨ ਇਹ ਹੱਥ ਛੁੱਟ ਜਾਏਗਾ ਬੇਟਾ ਤੇਰਾ ਰੰਗੀਨ ਸੁਪਨਾ ਵੀ ਟੁੱਟ ਜਾਏਗਾ
दुनिया वास्तव में इतनी हसी नहीं है। देख, तेरे पाओं के नीचे अभी जमीन नहीं है। मैं तो बाप हूँ, बेटा बहुत खुश हो जाऊँगा जिस दिन तू वास्तव में मुझसे बड़ा हो जाएगा। मगर मेरे कंधे पे नहीं, जब तू जमीन पे खड़ा हो जाएगा। ये बाप तुझे अपना सब कुछ दे जाएगा और तेरे कंधे पे दुनिया से चला जाएगा, और तेरे कंधे पे दुनिया से चला जाएगा। यही दुनिया की रीत है। भूपति राघव राजा राम, कलयुग साध करें क्या काम। लूट पाट धंधा इनका, और बने भोले नादान। बेटी कह कर इज्जत लूटे, गुफा में बहकर पीते जाम। राम पाल क्या राम रहीम, जेल के अंदर आसाराम। सजा भुगत रहे कुकर्मों की, सारे के सारे बेईमान। रघुपति राघव राजा राम, कलयुगी साध करें क्या काम। साधु बन कर ऐसे काम, कैदी बन कर करो आराम। देख लिए अपना अंजाम, हुए बुढ़ापे में बदनाम। झूठे पाखंडी के नाम, देश का है बस ये पैगाम। खुद को कहते थे भगवान, पकड़े गए अब झंडू बाम। राम पाल क्या राम रहीम, जेल के अंदर आसाराम। सजा भुगत रहे कुकर्मों की, सारे के सारे बेईमान। रघुपति राघव राजा राम, कलयुगी साध करें क्या काम। आप सबको प्यार भरा नमस्कार। आज एक कहानी आपसे शेयर करने जा रही हूँ। एक दौलतमंद इंसान ने वसीयत के साथ फटे हुए मोजे देते हुए अपने बेटे को कहा, बेटा मेरे मरने के बाद ये मोजे मेरे पैरों में पहना देना, उम्मीद है ये इच्छा आप जरूर पूरी करोगे। पिता के मरते ही नहलाने के बाद बेटे ने पंडित जी को पिता की आखिरी इच्छा के बारे में बताया। पंडित ने कहा, हमारे धर्म में ऐसा कुछ भी पहनाने की इजाजत नहीं है, पर बेटे की जिद थी कि पिता की आखिरी इच्छा जरूर पूरी हो। बहस इतनी बढ़ गई कि शहर के नामी ग्रामी कई पंडित जमा हो गए, लेकिन उस बहस का कोई नतीजा नहीं निकला। इसी माहौल में एक व्यक्ति आया और आकर बेटे के हाथ में पिता का लिखा हुआ एक खत पकड़ाया, जिसे पढ़ने के लिए बोला, जिसमें पिता की नसीहत लिखी थी, मेरे प्यारे बेटे, आप देख रहे हो दौलत, बंगला, गाड़ी, बड़ी बड़ी फैक्ट्रियां, फार्म हाउस, इन सब के होते हुए भी मैं एक फटे हुए मोजे तक अपने साथ नहीं लेके जा सकता। एक रोज तुम्हें भी मृत्यु आएगी, आगाह हो जाओ, तुम्हें भी ऐसे ही सफेद कपड़े में खाली हाथ जाना पड़ेगा। लिहाजा कोशिश करना पैसों के लिए किसी को दुख मत देना, गलत तरीके से पैसा मत कमाना, धन को अच्छे कार्यों में लगाना। सबको ये जानने का हक है कि शरीर छूटने के बाद सिर्फ कर्म ही साथ जाता है, लेकिन फिर भी आदमी तब तक धन के पीछे भागता है जब तक उसका निधन नहीं हो जाता। धन की दौलत खर्चेगा जरूरतमंद पे तो दुआ पाएगा,
धन की दौलत खर्चेगा जरूरतमंद पे तो दुआ पाएगा, लुटा दिल खोल के मोहब्बत का खजाना, जितना बांटेगा बढ़ता ही जाएगा। मत फेंक पत्थर पानी में, उसे भी कोई पीता है। मत फेंक पत्थर पानी में, उसे भी कोई पीता है। मत रह उदास जिंदगी में, तुम्हें देख के भी कोई जीता है। जिंदगी के सफर में गुजर जाते हैं जो मुकाम, वो फिर नहीं आते, वो फिर नहीं आते। जिंदगी के सफर में गुजर जाते हैं जो मुकाम, वो फिर नहीं आते, वो फिर नहीं आते। फूल खिलते हैं, लोग मिलते हैं, मगर पतझड़ में जो फूल मुरझा जाते हैं, वो बहारों के आने से खिलते नहीं। कुछ लोग एक रोज जो बिछड़ जाते हैं, वो हजारों के आने से मिलते नहीं। उम्र भर चाहे कोई पुकारा करे उनका नाम, वो फिर नहीं आते, वो फिर नहीं आते। जिंदगी के सफर में गुजर जाते हैं जो मुकाम, वो फिर नहीं आते, वो फिर नहीं आते। आंख धोखा है क्या भरोसा है, सुनो दोस्तों, शक दोस्ती का दुश्मन है, अपने दिल में इसे घर बनाने ना दो। कल तड़पना पड़े याद में जिनकी, रोक लो रूठ कर उनको जाने ना दो। बाद में प्यार के चाहे भेजो हजारों सलाम, वो फिर नहीं आते, वो फिर नहीं आते। जिंदगी के सफर में गुजर जाते हैं जो मुकाम, वो फिर नहीं आते, वो फिर नहीं आते। सुबह आती है रात जाती है यूं ही, वक्त चलता ही रहता है रुकता नहीं। एक पल में ये आगे निकल जाता है, आदमी ठीक से देख पाता नहीं, और पर्दे पे मंजर बदल जाता है। एक बार चले जाते हैं जो दिन रात सुबह शाम, वो फिर नहीं आते, वो फिर नहीं आते। जिंदगी के सफर में गुजर जाते हैं जो मुकाम, वो फिर नहीं आते।
ਤੇ ਫਿਰ ਨਹੀਂ ਆਤੇ। ਬਸ ਇਤਨੀ ਸੀ ਚਾਹਤ ਹੈ ਮੇਰੀ, ਲਗੇ ਹੋ ਪੰਖ ਮੇਰੇ, ਉੜ ਜਾਊਂ ਕਹੀਂ ਦੂਰ ਨੀਲ ਗਗਨ ਮੇਂ, ਨਾ ਕੋਈ ਰੋਕੇ ਮੁਝੇ ਨਾ ਕੋਈ ਟੋਕੇ, ਬਸ ਚੂਮ ਲੋ ਨੀਲੇ ਆਕਾਸ਼ ਕੋ, ਬਸ ਯਹੀ ਤੋ ਦਿਲ ਚਾਹਤਾ ਹੈ। ਇਨ ਮਦਹੋਸ਼ ਹਵਾਓਂ ਕੇ ਰੁਖ ਸੇ ਉੜਤੀ ਚਲੂੰ, ਬਸ ਉੜਤੀ ਚਲੂੰ, ਕਹੀਂ ਦੂਰ ਹੋ ਆਸ਼ਿਆਨਾ, ਵਹਾਂ ਨਫ਼ਰਤੋਂ ਸੇ ਦੂਰ, ਜਹਾਂ ਸਿਰਫ ਪਿਆਰ ਹੀ ਪਿਆਰ ਹੋ, ਬੇਸ਼ੁਮਾਰ ਹੋ, ਬਸ ਦਿਲ ਚਾਹਤਾ ਹੈ। ਇੱਕ ਐਸਾ ਆਸ਼ਿਆਂ ਕੋਈ ਦੁਖੀ ਨਾ ਹੋ, ਬਸ ਖੁਸ਼ੀ ਹੀ ਖੁਸ਼ੀ ਹੋ ਜਹਾਂ, ਕੋਈ ਗੈਰ ਨਾ ਹੋ, ਹਰ ਕੋਈ ਆਪਣਾ ਹੋ ਵਹਾਂ, ਬਸ ਮੇਰਾ ਦਿਲ ਚਾਹਤਾ ਹੈ, ਯਹੀ ਮੇਰਾ ਦਿਲ ਚਾਹਤਾ ਹੈ। ਜੀ ਦੋਸਤੋ, ਇਹ ਸੀਗੇ ਹਰਸ਼ਦੀਪ ਬਾਜਵਾ ਜੀ। ਤੁਹਾਨੂੰ ਇੱਥੇ ਜ਼ਰੂਰ ਦੱਸਣਾ ਚਾਹੂੰਗੀ ਕਿ ਹਰਸ਼ਦੀਪ ਬਾਜਵਾ ਜੀ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ, ਜਸਟ ਤੁਹਾਡੀ ਤਰ੍ਹਾਂ ਮੇਰੀ ਤਰ੍ਹਾਂ ਹੀ ਹਨ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਆਪਣੀ ਆਵਾਜ਼ ਦੇ ਵਿੱਚ ਗਾਈ ਹੋਈ ਜਾਂ ਕਹੀ ਹੋਈ ਕੋਈ ਕਹਾਣੀ ਰੇਡੀਓ ਦੇ ਉੱਤੇ ਪ੍ਰਸਾਰਿਤ ਕੀਤੀ ਜਾਵੇ, ਤਾਂ ਉਹਦੇ ਲਈ ਤੁਸੀਂ ਸਾਨੂੰ ਫੇਸਬੁੱਕ 'ਤੇ ਪੇਜ ਆਵਾਜ਼ ਇੰਟਰਨੈਸ਼ਨਲ ਦੇ ਉੱਪਰ ਇਨਬੋਕਸ ਮੈਸੇਜ ਦੇ ਵਿੱਚ ਭੇਜ ਸਕਦੇ ਹੋ। ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਕੋਈ ਮਿਊਜ਼ਿਕ ਨਾ ਐਡਿਡ ਹੋਵੇ, ਔਰ ਜਿਹੜੇ ਆ ਸਟੋਰੀ ਜਾਂ ਤੁਹਾਡੇ ਜਿਹੜੇ ਸੌਂਗਸ ਹੈਗੇ ਆ 15 ਮਿੰਟ ਤੋਂ ਜ਼ਿਆਦਾ ਨਾ ਹੋਣ। ਅਤੇ ਤੁਸੀਂ ਆਲਵੇਜ਼ ਫੇਸਬੁੱਕ 'ਤੇ ਪੇਜ ਆਵਾਜ਼ ਇੰਟਰਨੈਸ਼ਨਲ ਨੂੰ ਲਾਈਕ ਕਰਕੇ ਉਹਦੇ 'ਤੇ ਇਨਬੋਕਸ ਆਪਣੀਆਂ ਰਚਨਾਵਾਂ ਭੇਜ ਸਕਦੇ ਹੋ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਰੇਡੀਓ 'ਤੇ ਪਲੇ ਕਰੀਏ। ਅੱਜ ਲਈ ਇੰਨਾ ਹੀ, ਅਗਲੇ ਐਪੀਸੋਡ ਤੱਕ ਲਈ ਸਤਿ ਸ਼੍ਰੀ ਅਕਾਲ।